ਪੰਜਾਬ ਦੇ ਵਿੱਚ ਕਾਫੀ ਸਾਰੇ ਫਰੈਸ਼ ਨੋਟੀਫਿਕੇਸ਼ਨਸ ਆਊਟ ਕੀਤੇ ਜਾ ਚੁੱਕੇ ਨੇ। ਗੱਲ ਕਰੀਏ ਆਪਣੇ ਐਜ਼ ਏ ਫਸਟ ਐਡਵਰਟਾਈਜ਼ਮੈਂਟ ਦੀ, ਐਡਮਿਨਿਸਟ੍ਰੇਟਿਵ ਆਫਿਸਰ ਰੈਵੈਨਿਊ ਆਫਿਸਰ ਕਾਨੂੰਗੋ ਅਤੇ ਪਟਵਾਰੀ ਦੀਆਂ 4 ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਇਹਦਾ ਜਿਹੜਾ ਪੇ ਸਕੇਲ ਹੈ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਐਡਵਰਟਾਈਜ਼ਮੈਂਟ ਦੇ ਵਿੱਚ। ਜੇਕਰ ਐਡਵਰਟਾਈਜ਼ਮੈਂਟ ਦੇਖਣਾ ਚਾਹੁੰਦੇ ਹੋ ਤੁਸੀਂ ਇਹਨਾਂ ਦੀ ਓਫਿਸ਼ੀਅਲ ਵੈਬਸਾਈਟ www.plrs.org.in 'ਤੇ ਜਾ ਸਕਦੇ ਹੋ। ਅਤੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਵਾਸਤੇ ਲਾਸਟ ਡੇਟ ਐਂਡ ਟਾਈਮ 15 ਜੂਨ 2023 ਨਿਸ਼ਚਿਤ ਕੀਤੀ ਗਈ ਹੈ। ਇਹ ਜਿਹੜਾ ਰਿਕਰੂਟਮੈਂਟ ਨੋਟਿਸ ਆਊਟ ਕੀਤਾ ਗਿਆ ਹੈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਵੱਲੋਂ, ਜਿਹਦੇ ਵਿੱਚ ਪਟਵਾਰੀ ਕਾਨੂੰਗੋ ਰੈਵੈਨਿਊ ਆਫਿਸਰ ਅਤੇ ਐਡਮਿਨਿਸਟ੍ਰੇਟਿਵ ਆਫਿਸਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ। ਅਤੇ ਇਹ ਜਿਹੜੀਆਂ ਪੋਸਟਾਂ ਨੇ ਆਊਟ ਕੀਤੀਆਂ ਗਈਆਂ ਨੇ ਜਲੰਧਰ ਸਿਟੀ ਵਿੱਚੋਂ, ਇਹਨਾਂ ਨੇ ਆਪਣਾ ਫੋਨ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਹੈ। ਜਿਹੜੀ ਸਾਡੀ ਅੱਜ ਦੀ ਸੈਕਿੰਡ ਐਡਵਰਟਾਈਜ਼ਮੈਂਟ ਆਊਟ ਕੀਤੀ ਗਈ ਹੈ, ਇਹ ਆਊਟ ਕੀਤੀ ਗਈ ਹੈ ਡਿਪਾਰਟਮੈਂਟ ਆਫ ਇਨਫੋਰਮੇਸ਼ਨ ਟੈਕਨੋਲੋਜੀ ਚੰਡੀਗੜ੍ਹ ਵੱਲੋਂ, ਜਿਹਦੇ ਵਿੱਚ ਕਸਟਮਰ ਕੇਅਰ ਐਗਜ਼ੀਕਿਊਟਿਵਸ ਦੀ ਕਾਫੀ ਸਾਰੀਆਂ ਪੋਸਟ ਫਿਲ ਕੀਤੀਆਂ ਜਾਣੀਆਂ ਨੇ। ਇਹਨਾਂ ਪੋਸਟ ਨੂੰ ਫਿਲ ਕਰਨ ਦੀ ਲਾਸਟ ਡੇਟ ਇਹਨਾਂ ਨੇ 31 ਮਈ ਮੈਂਸ਼ਨ ਕੀਤੀ ਹੋਈ ਹੈ, ਅਤੇ ਨਾਲ ਹੀ ਨਾਲ ਇਹਨਾਂ ਨੇ ਆਪਣੇ ਪੋਰਟਲ ਦੀ ਵੈਬਸਾਈਟ ਵੀ ਮੈਂਸ਼ਨ ਕੀਤੀ ਹੋਈ ਹੈ। ਸੋ ਤੁਸੀਂ ਇੱਥੇ ਜਾ ਕੇ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ। ਐਂਡ ਇਸ ਤੋਂ ਇਲਾਵਾ ਇੱਕ ਮੈਡੀਕਲ ਆਫਿਸਰ ਦੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ, ਇਹ ਜਿਹੜਾ ਹੈ ਇੱਕ ਪੀਰੀਅਡ ਵਾਸਤੇ ਇਹਦਾ ਕੰਟਰੈਕਟ ਹੋਵੇਗਾ, ਅਤੇ ਜਿਹੜੀ ਏਜ ਲਿਮਿਟ ਹੈ 62 ਈਅਰਸ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਇਹ ਜਿਹੜੀਆਂ ਪੋਸਟਾਂ ਨੇ ਨੈਸ਼ਨਲ ਫਰਟੀਲਾਈਜ਼ਰਸ ਲਿਮਿਟਡ ਵੱਲੋਂ ਆਊਟ ਕੀਤੀਆਂ ਗਈਆਂ ਨੇ। ਐਂਡ ਫੁੱਲ ਐਡਵਰਟਾਈਜ਼ਮੈਂਟ ਦੇਖਣ ਲਈ ਤੁਸੀਂ ਸਾਡੇ ਇੰਸਟਾਗ੍ਰਾਮ ਐਂਡ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰ ਸਕਦੇ ਹੋ। ਅਜਿਹੀਆਂ ਇਨਫੋਰਮੇਟਿਵ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਕੋਈ ਕੁਐਸਚਨ ਹੋਵੇ ਕਮੈਂਟ ਬਾਕਸ 'ਤੇ ਕਮੈਂਟ ਕਰਕੇ ਪੁੱਛ ਸਕਦੇ ਹੋ। ਜੇਕਰ ਇਹਨਾਂ ਪੋਸਟਾਂ ਨੂੰ ਫਿਲ ਕਰਨ ਦੇ ਵਿੱਚ ਕੋਈ ਦਿੱਕਤ ਆਵੇ ਤੁਸੀਂ ਸਾਨੂੰ ਕਮੈਂਟ ਬਾਕਸ 'ਤੇ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਅਜਿਹੀਆਂ ਵੀਡੀਓਜ਼ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਅਤੇ ਪ੍ਰਾਈਵੇਟ ਜੋਬਸ ਆਊਟ ਹੁੰਦੀਆਂ ਨੇ, ਉਹਨਾਂ ਦੀ ਇਨਫੋਰਮੇਸ਼ਨ ਲੈਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।